ਡੈਮ ਦੇ ਵਿੱਚ ਡੁੱਬਣ ਦੇ ਨਾਲ ਇੱਕ 17 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਗਰਮੀ ਦੇ ਕਾਰਨ ਇਹ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਡੈਮ ਦੇ ਵਿੱਚ ਨਹਾਉਣ ਦੇ ਲਈ ਗਿਆ ਸੀ, ਪਰ ਕਿਹਾ ਜਾ ਰਿਹਾ ਕਿ ਨਹਾਉਂਦੇ ਨਹਾਉਂਦੇ ਇਹ ਡੈਮ ਦੇ ਵਿੱਚ ਜਿੱਥੇ ਜ਼ਿਆਦਾ ਪਾਣੀ ਸੀ ਉੱਥੇ ਪਹੁੰਚ ਜਾਂਦਾ, ਜਿੱਥੇ ਇਹ ਆਪਣਾ ਸੰਤੁਲਨ ਖੋ ਬੈਂਦਾ ਅਤੇ ਡੈਮ ਦੇ ਵਿੱਚ ਡੁੱਬ ਜਾਂਦਾ। ਹਾਲਾਂਕਿ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਹੈ ਤਾਂ ਮੌਕੇ ਦੇ ਉੱਤੇ ਪਰਿਵਾਰਕ ਮੈਂਬਰ ਪਹੁੰਚਦੇ ਨੇ, ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਦਾ ਹੈ, ਗੋਤਾਖੋਰਾਂ ਦੀ ਟੀਮ ਮੌਕੇ ਦੇ ਉੱਤੇ ਪਹੁੰਚਦੀ ਹੈ। ਪਰ ਕਿਹਾ ਜਾ ਰਿਹਾ ਕਿ ਡੈਮ ਦੀ ਡੂੰਘਾਈ ਜ਼ਿਆਦਾ ਹੋਣ ਦੇ ਕਾਰਨ NDRF ਦੀ ਟੀਮ ਨੂੰ ਬੁਲਾਇਆ ਜਾਂਦਾ। ਮੌਕੇ 'ਤੇ ਪਹੁੰਚੀ NDRF ਦੀ ਟੀਮ ਨੂੰ ਵੀ ਕਰੀਬ 4 ਘੰਟੇ ਕੜੀ ਮੁਸ਼ਕਤ ਕਰਨੀ ਪੈਂਦੀ ਹੈ, ਜਿਸ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਪੰਚਕੂਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਡੈਮ ਦੇ ਵਿੱਚ ਡੁੱਬਣ ਦੇ ਨਾਲ ਇੱਕ 17 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਤਾਂ ਮ੍ਰਿਤਕ ਦੀ ਪਹਿਚਾਣ ਸ਼ੋਇਬ ਵਜੋਂ ਹੋਈ ਹੈ, ਜੋ ਕਿ ਆਪਣੇ ਦੋਸਤਾਂ ਦੇ ਨਾਲ ਡੈਮ ਦੇ ਵਿੱਚ ਨਹਾਉਣ ਦੇ ਲਈ ਆਇਆ ਸੀ। ਠੀਕ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਖਬਰ ਲੁਧਿਆਣਾ ਤੋਂ ਵੀ ਸਾਹਮਣੇ ਆਈ ਸੀ, ਜਿੱਥੇ ਕਿ 4 ਦੋਸਤ ਪਾਣੀ ਦੇ ਵਿੱਚ ਡੁੱਬ ਗਏ ਨੇ, ਸਤਲੁਜ ਦਰਿਆ ਦੇ ਵਿੱਚ ਡੁੱਬ ਗਏ ਨੇ। ਕਿਹਾ ਜਾ ਰਿਹਾ ਕਿ 6 ਦੋਸਤ ਇਕੱਠੇ ਹੀ ਘਰ ਤੋਂ ਨਹਾਉਣ ਦੇ ਲਈ ਜਾਂਦੇ ਨੇ, ਪਰ ਜਿਹਦੇ ਵਿੱਚੋਂ 4 ਦੋਸਤ ਅਚਾਨਕ ਹੀ ਦਰਿਆ 'ਚ ਡੁੱਬ ਜਾਂਦੇ ਨੇ। ਅਤੇ ਉਸ ਤੋਂ ਬਾਅਦ ਹੁਣ ਇਹ ਮਾਮਲਾ ਪੰਚਕੂਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਦੋਸਤਾਂ ਦੇ ਨਾਲ ਨਹਾਉਣ ਗਿਆ ਇੱਕ ਨੌਜਵਾਨ ਡੈਮ ਦੇ ਵਿੱਚ ਡੁੱਬ ਗਿਆ। ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ, ਅਤੇ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ NDRF ਦੀ ਟੀਮਾਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ, ਅਤੇ ਕਿਹਾ ਜਾ ਰਿਹਾ ਕਾਫ਼ੀ ਕੜੀ ਮੁਸ਼ਕਤ ਕਰਨੀ ਪਈ ਹੈ ਲਾਸ਼ ਨੂੰ ਲੱਭਣ ਦੇ ਵਿੱਚ, ਅਤੇ ਹੁਣ 4 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ ਗਿਆ। ਤਾਂ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਕਦੇ ਵੀ ਆਪਣੇ ਬੱਚੇ ਨੂੰ ਨਹਿਰ, ਸੂਏ ਅਤੇ ਸਵਿਮਿੰਗ ਪੂਲ ਦੇ ਵਿੱਚ ਵੀ ਨਾ ਨਹਾਉਣ ਦਿਓ, ਕਿਉਂਕਿ ਕਈ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਨੇ। ਹਾਲ ਹੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਸਵਿਮਿੰਗ ਪੂਲ ਦਾ ਵੀ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਿ ਨਹਾਉਣ ਗਏ ਬੱਚੇ ਦੀ ਮੌਤ ਹੋ ਜਾਂਦੀ ਹੈ ਡੁੱਬਣ ਦੇ ਕਾਰਨ। ਉੱਥੇ ਹੀ ਸਤਲੁਜ ਦਰਿਆ ਦੇ ਵਿੱਚ 4 ਦੋਸਤ ਡੁੱਬ ਗਏ ਨੇ, ਅਤੇ ਹੁਣ ਇੱਕ ਹੋਰ ਮਾਮਲਾ ਡੈਮ ਤੋਂ ਸਾਹਮਣੇ ਆਇਆ, ਜਿੱਥੇ ਕਿ ਡੈਮ ਦੇ ਵਿੱਚ ਇੱਕ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਨਹਾਉਣ ਦੇ ਲਈ ਗਿਆ ਸੀ, ਉਸਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ। ਤਾਂ ਆਪਣੇ ਬੱਚਿਆਂ ਦਾ ਵੀ ਖਾਸ ਖਿਆਲ ਰੱਖੋ, ਕਿਉਂਕਿ ਗਰਮੀ ਦੀਆਂ ਛੁੱਟੀਆਂ ਹੋਈਆਂ ਨੇ, ਉਸਦੇ ਉੱਪਰ ਨਜ਼ਰ ਰੱਖਣੀ ਚਾਹੀਦੀ ਹੈ ਕਿ ਆਖਰ ਉਹ ਕਿੱਥੇ ਜਾ ਰਿਹਾ, ਤਾਂ ਜੋ ਅਜਿਹੀ ਮਦਭਾਗੀ ਘਟਨਾ ਨਾ ਵਾਪਰ ਸਕੇ। ਅੱਜ ਦੁਪਹਿਰ ਮੈਂ ਇੱਕ ਸੂਚਨਾ ਮਿਲੀ ਸੀ ਕਿ ਕੁਛ ਬੱਚੇ ਮੰਡੱਪਾ ਗਾਓਂ ਪੜ੍ਹਦਾ ਹੈ ਬਦੌਰ ਰੈਪੁਰਾਣੀ ਥਾਣੇ ਕੇ ਅੰਡਰ, ਉਸ ਵਹਾਂ ਪੇ ਇੱਕ ਡੈਮ ਬਣਾ ਹੋਇਆ, ਉਸਮੇ ਨਹਾ ਰਹੇ ਥੇ, ਇੱਕ ਬੱਚਾ ਡੁੱਬ ਗਿਆ, ਜਿਸਕੀ ਸੂਚਨਾ ਪੇ ਪੁਲਿਸ ਵਹਾਂ ਪਰ ਪਹੁੰਚੀ, ਔਰ ਲੇਕਿਨ ਤਲਾਬ ਬਹੁਤ ਗਹਿਰਾ ਹੋਣੇ ਕੀ ਵਜ੍ਹਾ ਸੇ NDRF ਕੀ ਟੀਮ ਕੋ ਬੁਲਾਇਆ ਗਿਆ, ਜੋ ਕਾਫੀ ਮੁਸ਼ਕਤ ਕੇ ਬਾਅਦ ਬੱਚੇ ਕੀ ਡੈਡ ਬੋਡੀ ਮਿਲ ਚੁੱਕੀ ਹੈ, ਜਿਸਕੋ ਪੋਸਟਮਾਰਟਮ ਕੇ ਲਿਏ ਸੈਕਟਰ 6 ਤੋਂ ਮੋਰਚੇ ਰਖਵਾਇਆ। ਕਿਤਨਾ ਸਮੇਂ ਜੋ ਹੈ NDRF ਕੀ ਟੀਮ ਕੋ ਇਸ ਯੁਵਕ ਕੋ ਨਿਕਾਲਨੇ ਮੇਂ ਲਗਾ, ਔਰ ਕਿਸ ਕਹਾਂ ਕੇ ਇਸਕੇ ਯੁਵਕ ਕੀ ਪਹਿਚਾਨ ਹੋਈ ਹੈ? ਇਹ ਯੁਵਕ ਕਾ ਨਾਮ ਸ਼ੋਏਬ ਅਲੀ ਥਾ, ਪੁੱਤਰ ਜਮੀਲ ਖਾਨ, ਗਾਂਵ ਸਬਲੇਡੀ ਕਾ ਰਹਿਣੇ ਵਾਲਾ ਥਾ, ਔਰ NDRF ਕੋ ਲਗਭਗ 1 ਘੰਟਾ ਉਸਕੀ ਬੋਡੀ ਕੋ ਤਲਾਸ਼ ਕਰਨੇ ਮੇਂ ਲਗਾ। ਤੋ ਰੈਪੁਰਾਣੀ ਸੇ ਕਿਤਨੀ ਦੂਰ ਇਹ ਡੈਮ ਪੜਤਾ ਹੈ ਔਰ ਕਿਸ ਏਰੀਆ ਮੇਂ? ਰੈਪੁਰਾਣੀ ਸੇ ਲਗਭਗ 5 ਕਿਲੋਮੀਟਰ ਕੀ ਦੂਰੀ ਪੇ ਹੈ। ਤੋ ਅਭੀ ਯੁਵਕ ਕਾ ਜੋ ਸਬ ਹੈ ਉਸਕੋ ਕਹਾਂ ਪੇ ਰੱਖਾ ਗਿਆ? ਅਭੀ ਯੁਵਕ ਕੇ ਸ਼ਬ